जो असि जान लगे मूहे CRP वाले ने सू रोक उत्थे जाकर उन्होंने घरी भुगती कहते जे तू गांगे गोली मारा इतने बह जाओ साढ़े जाने तो पहले जी 8 घंटे गोली चल के हटी थी दरबार साहब के बजी थी 100 गोली इन चीक चढ़ा जिम्मे उत्थे रोण तो मुड़ जाता उत्थे हजारा बंदा रोंद हजारा तीन बजे जी असि आले कपड़े ला के बड़े ही हाँ पर बंब डिगया की उन्हें चैनल करता सारे गुरु घर चाहे पेट पाड़ गए बोरिया चोरे तो सकया नाड़ा वो उधरों पता नहीं गोड़ियां रुड़का कि मैं रक्षा जमें बेड़ा पी आना पैदल नाड़ा भुखता जी धारा पाइं दियाँ जब मैं खाली पेट पिनी जी थी कि गुड़ दी इन्हू भलन ला गए फौजी साढ़े आले दुआले आ गए भज गए कहते दंदी वढ़ी जाओ दूजा दूजा दे जाओ ये खड़का ना करो फिर सानू वो लैके कहते भी साढ़े लाशा सटाओ गां जी गड्डिया खड़े ट्रक वो छिड़ देंगे दे। ਤੁਸੀਂ ਬਚੇ ਕਿਵੇਂ ਬਸ ਬੱਚੇ ਤਾਂ ਕਾਹਦੇ ਬੱਚੇ ਤਾਂ ਆਏ ਤਾਂ ਮਰੇ ਬਰਾਈ ਆ ਬਿਜਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬਿਜਨ ਪੰਜਾਬ ਦੀ ਟੀਮ ਵਿਸ਼ੇਸ਼ ਤੌਰ 'ਤੇ ਪਹੁੰਚੀ ਆ ਪਿੰਡ ਕਿਲ੍ਹਾ ਹਕੀਮਾ ਵਿਖੇ ਪਿੰਡ ਜਿਹੜਾ ਪਿੰਡ ਕਿਲ੍ਹਾ ਹਕੀਮਾ ਇੱਕ ਇਹੋ ਜਿਹਾ ਪਿੰਡ ਆ ਜਿਹੜਾ 3 ਜੂਨ ਨੂੰ ਇਹ 3 ਜੂਨ 1984 ਨੂੰ ਇੱਥੋਂ 80 ਬੰਦਿਆਂ ਦਾ ਜਿਹੜਾ ਜਥਾ ਸ਼੍ਰੀ ਦਰਬਾਰ ਸਾਹਿਬ ਵਿਖੇ ਜਾਂਦਾ ਅਤੇ ਉਹਨਾਂ ਵਿੱਚੋਂ ਬਹੁਤ ਜ਼ਿਆਦਾ ਉੱਥੇ ਸ਼ਹੀਦ ਵੀ ਹੋ ਜਾਂਦੇ ਆ ਅਤੇ ਕੁਛ ਬੰਦੇ ਉੱਥੇ ਬਚ ਕੇ ਆਏ ਨੇ ਸਾਡੇ ਨਾਲ ਮੌਜੂਦ ਨੇ ਉਹਨਾਂ ਉੱਥੇ ਉਹ ਬਚ ਕੇ ਆਏ ਸਰਦਾਰ ਮਲਕੀਤ ਸਿੰਘ ਹੋਰੀ ਇਹ ਦੱਸ ਰਹੇ ਨੇ ਵੀ ਉਸ ਟਾਈਮ ਉਹਨਾਂ ਦੀ ਜਿਹੜੀ ਉਮਰ ਹੈਗੀ ਸੀ ਉਹ 20 ਸਾਲ ਦੀ ਸੀ ਇਹ ਵੀ ਜਥੇ ਦੇ ਵਿੱਚ ਗਏ ਸੀ ਉਹਨਾਂ ਤੋਂ ਹੀ ਜਾਣਦੇ ਹਾਂ ਵੀ ਉਹ ਕਿਵੇਂ ਉੱਥੇ ਗਾਇਆ ਅਤੇ ਕਿਹੜੇ ਕਿਹੜੇ ਉਹਦੇ ਨਾਲ ਹੈਗੇ ਸੀ ਮਲਕੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਇਹ ਦੱਸਿਓ ਵੀ ਤੁਸੀਂ ਜਿਹੜਾ ਜਥਾ ਹੈਗਾ ਸੀ ਕਿਹੜੀ ਤਰੀਕ ਨੂੰ ਇੱਥੋਂ ਗਿਆ ਤੁਹਾਨੂੰ ਕੌਣ ਲੈ ਕੇ ਗਿਆ ਜੀ ਜਿਹੜਾ ਦਰਬਾਰ ਸਾਹਿਬ ਸਾਨੂੰ 3 ਤਰੀਕ ਨੂੰ ਬਾਬਾ ਜੀ ਪ੍ਰਕਾਸ਼ ਸਿੰਘ ਜੀ ਇੱਕ ਮੁੰਡਾ ਸਾਡਾ ਹੋਰ ਵੀ ਜਸਾ ਇੱਥੇ ਰੱਖਿਆ ਹੁੰਦਾ ਉਹਦਾ ਅੱਛਾ ਉਹ ਸਾਨੂੰ ਘਰੋਂ ਘਰ ਜਾ ਕੇ ਕਹਿ ਗਿਆ ਵੀ ਬਾਬਾ ਜੀ ਨੇ ਆਖਿਆ ਵੀ ਆਪਾਂ ਨੇ ਅੰਮ੍ਰਿਤਸਰ ਤਲਕ ਜਾਣਦੇ ਜਥੇ ਜੀ ਅੱਗੇ ਵੀ ਅੱਛਾ ਬਸ ਅਸੀਂ ਬਾਗੇ ਜੀ ਇੱਥੋਂ ਟਰੈਲੀ ਤੋਂ ਗੱਡੀ ਚੜ੍ਹ ਗਏ ਦਾਦਰ ਗੱਡੀ ਮਿਲ ਗਈ ਜੀ ਹੁਣ ਤਾਂ 3 ਵਜੇ ਦੇ ਲਗਭਗ ਉੱਥੇ ਤਾਰਤਾ ਜਾ ਕੇ ਅੱਛਾ ਜਦੋਂ ਅਸੀਂ ਜਾਣ ਲੱਗੇ ਮੂਹਰੇ CRP ਵਾਲਿਆਂ ਨੇ ਸਾਨੂੰ ਰੋਕਿਆ ਕਹਿੰਦੇ ਬਹਿ ਜਾਓ ਇੱਥੇ ਕਲਫੂ ਖੁੱਲੂਗਾ ਫਿਰ ਲੰਘ ਜਾਓ ਅੱਛਾ ਜੀ ਅਸੀਂ ਜਦੋਂ ਆ ਕੇ ਜੀ ਐਂ ਬੈਠਣ ਲੱਗੇ ਉਹ ਤਾਂ ਸਾਡੇ ਮਗਰ ਜੀ ਰਾਫਲਾਂ ਲੈ ਕੇ ਪੈ ਗਏ ਢੂੰਗਾਂ ਨਾਲ ਲਾ ਕੇ ਅਸੀਂ 300-400 ਬੰਦਾ ਤਾਂ ਡੱਕਰ ਕੇ ਲੱਗੇ ਸਾਨੂੰ ਤਾਂ 1/2 ਕਿਲੋਮੀਟਰ ਅੱਛਾ ਉੱਥੇ ਜਾ ਕੇ ਉਹਨਾਂ ਨੇ ਘਰੀ ਭੁਗਤੀ ਕਹਿੰਦੇ ਜੇ ਤੂੰ ਗਾਹਾਂ ਲੰਘੋ ਗੋਲੀ ਮਾਰਾਂਗੇ ਇੱਥੇ ਬਹਿ ਜਾਓ ਜਦੋਂ ਕਲਫੂ ਖੁੱਲੂਗਾ ਤੁਹਾਨੂੰ ਦੱਸਾਂਗੇ ਕਿਸੇ ਨੇ ਬੋਲਣਾ ਨਹੀਂ ਕਿਸੇ ਨੇ ਨਾਰਾ ਨਹੀਂ ਮਾਰਨਾ ਵੀ ਤੁਸੀਂ ਵਗ ਜਾਓ ਜਿਹਦਾ ਜੀ ਸਾਨੂੰ ਐਂ ਪਤਾ ਹੁੰਦਾ ਵੀ ਸਾਡੇ ਨਾਲ ਐਂ ਬਣੂ ਫਿਰ ਤਾਂ ਅਸੀਂ ਉੱਡੇ ਆਉਂਦੇ ਜੀ ਚਾਹੇ ਬਾਣੀ ਬਾਣੀ ਪਿੰਡ ਨੂੰ ਆਉਣਾ ਪੈ ਜਾਂਦਾ ਅਸੀਂ ਬੈਠੇ ਰਹੇ ਉੱਥੇ ਚੱਲ ਜਦੋਂ ਖੁੱਲ੍ਹਿਆ ਟਾਈਮ ਹੋਇਆ ਅਸੀਂ ਦਰਬਾਰ ਸਾਹਿਬ ਜਾ ਵੜੇ ਅੱਛਾ ਚੱਲ ਉੱਥੇ ਸਾਡੇ ਜਾਣ ਤੋਂ ਪਹਿਲਾਂ ਜੀ 8 ਘੰਟੇ ਗੋਲੀ ਚੱਲ ਕੇ ਹਟੀ ਸੀ ਅੱਛਾ ਜਾਣੀ ਉੱਥੇ ਐਂ ਲਾਲ ਅੱਖਰ ਨਾਲ ਗੋਲ ਘੇਰੇ ਜੇ ਕਰਕੇ ਵੀ 1-2-3 ਦਰਬਾਰ ਸਾਹਿਬ ਦੇ ਵਿੱਚ ਵੱਜੀ ਸੀ 100 ਗੋਲੀ ਅੱਛਾ ਜਿਹੜਾ ਸੋਨੇ ਦਾ ਪੱਤਰਾ ਸੀ ਹਾਂ ਉਹ ਡਾਇਆ ਪੈ ਸੀ ਤੁਸੀਂ ਮਤਲਬ ਆਪ ਦੇਖਿਆ ਮੈਂ ਆਪ ਦੇਖਿਆ ਜੀ ਅੱਛਾ ਹਾਂ ਮੈਂ ਤਾਂ ਚੰਗੀ ਤਰ੍ਹਾਂ ਦੇਖਿਆ ਜੀ ਅੱਛਾ ਹਾਂ ਅਸੀਂ ਜਾਣੀ ਉਸ ਤੋਂ ਬਾਅਦ 8 ਨੇ ਪ੍ਰਸ਼ਾਦਾ ਪਾਣੀ ਛਕਿਆ ਪੈ ਗਏ 3 ਵਜੇ ਜੀ ਅਸੀਂ ਤਲਾ ਦੇ ਵਿੱਚ ਨਹਾਉਣ ਵਗ ਗਏ ਵੀ ਸਾਡੇ ਨਾਲ ਸਿਆਣੇ ਬੰਦੇ ਦੇ ਵਿੱਚ ਸਰੋਵਰ ਸੀ ਹਾਂ ਸਰੋਵਰ ਦੀ ਜੀ ਅੱਛਾ ਜੀ ਬਸ 3 ਵਜੇ ਜੀ ਅਸੀਂ ਆਲੇ ਕੱਪੜੇ ਲਾ ਕੇ ਬੜੇ ਹਾਂ ਪਰ ਬੰਬ ਡਿੱਗਿਆ ਕੀ ਉਹਨੇ ਚਾਨਣ ਕਰਤਾ ਸਾਰੇ ਗੁਰੂ ਘਰ 'ਚ ਅੱਛਾ ਐਡਾ ਵੱਡਾ ਖੜਕਾ ਹੋਇਆ ਉਹਦਾ ਉੱਥੋਂ ਅਸੀਂ ਗੋਡਰੀਆਂ ਰੁੜਦੇ ਆ ਗਏ ਆਪਣੇ ਕਮਰੇ 'ਚ ਉਹ ਕਮਰੇ ਦੇ ਵਿੱਚ ਅਸੀਂ ਰਹੇ ਜੀ ਸਾਰਾ ਦਿਨ ਅੱਛਾ ਜੀ ਉਦੋਂ ਬਾਅਦ ਇੱਕ ਮੋਰੀ ਤੀ ਜੀ ਉਹਦੇ ਵਿੱਚ ਉੱਥੇ ਆ ਕੇ ਉਹਨਾਂ ਨੇ ਆਪਣੇ ਜਿਹੜਾ ਰਾਫਲ ਹੁੰਦੀਆਂ ਇੱਥੇ ਅੱਟਣ ਜਿਹਾ ਲਾ ਕੇ ਲੌਂਗ ਚਲਾਉਂਦੇ ਹੁੰਦੇ ਨੇ ਟਿਕ ਟਿਕ ਜੇ ਕਰਨ ਵਾਲੀ ਉੱਥੇ ਆ ਕੇ 2 ਬੰਦੇ ਨੇ ਬੀੜ ਲਈ ਉਹ ਅੱਛਾ ਤੁਹਾਡੇ 'ਤੇ ਨਾ ਉਹਨਾਂ ਨੇ ਬਾਹਰ ਨੂੰ ਬੀੜ ਲਈ ਜੀ ਅੱਛਾ ਜੀ ਉਹ ਸਾਨੂੰ ਕਹਿੰਦੇ ਵੀ ਉਰੋਂ ਗੋਲੀ ਜੇ ਚੱਲਦੀ ਆ ਉਰੇ ਆਊ ਵੀ ਵੀ ਤੁਸੀਂ ਥੱਲੇ ਜਾਓ ਸਾਰੇ ਬੰਦੇ ਅੱਛਾ ਜੀ ਹੋਰ ਤਾਂ ਆ ਗਏ ਜੀ ਅਸੀਂ ਤਕੜੇ 'ਤੇ ਅਸੀਂ ਆਖਿਆ ਵੀ ਅਸੀਂ ਤਾਂ ਚੱਲ ਦੇਖਾਂਗੇ ਉਹਨੂੰ ਬੰਦੇ ਝਾਕਾ ਪਹਿਲਾਂ ਤਾਂ ਗੱਲ ਉਹ ਆਪਦੇ ਕੰਮ ਲੱਗੇ ਹੋਏ ਤਾਂ ਉਹਨਾਂ ਨੇ ਜਾਲੀ ਕੱਟੀ ਉਹਦੇ ਵਿੱਚੋਂ ਫਿੱਟ ਕਰੀ ਉਹ ਕਰੀ ਜਦੋਂ ਉਹਨਾਂ ਨੇ ਬਾਗਰ ਨਗਾ ਮਾਰੀ ਵੀ ਤਾਂ ਖੜੇ ਨੇ ਸਾਨੂੰ ਕਹਿੰਦੇ ਮਰਨਾ ਅਸੀਂ ਤਾਂ ਮਰਨਾ ਹੀ ਆ ਤੁਸੀਂ ਥੱਲੇ ਜਾਓ ਅੱਛਾ ਅਸੀਂ ਆਖਿਆ ਜੀ ਸਾਨੂੰ ਦੇਖ ਤਾਂ ਲੈਣ ਦਿਓ ਕਹਿੰਦੇ ਨਾ ਜੇ ਇੱਥੇ ਗੋਲੀ ਚੱਲਦੀ ਇੱਥੇ ਆਊਗੀ ਅਸੀਂ ਜੀ ਆ ਗਏ ਤੜਕੇ ਨੂੰ ਉਹ ਕਮਰਾ ਜੀ ਢਹਿਆ ਪਿਆ ਅੱਛਾ ਹਾਂ ਉਹਨਾਂ ਨੇ ਉੱਧਰੋਂ ਮਾਰਿਆ ਬੰਬ ਬੰਬਾ
खून खान रल गया बस उसे निर्वाह करे प्यास लगती होनी है फिर प्यास बुझाई ਪਹਿਲਾਂ ਤਾਂ ਜੀ ਜਿੱਥੇ ਫਿਰ ਜਮ੍ਹਾਂ ਲਾਸਟ 6 ਤਰੀਕ ਨੂੰ 6 ਵਜੇ ਪੁਲਿਸ ਆ ਗਈ ਜੀ ਉੱਥੇ ਦਰਬਾਰ ਸਾਹਿਬ ਉਹਨਾਂ ਨੇ ਟੱਪ ਤਰਤ ਉੱਥੇ ਬਾਲਟੀਆਂ ਲੈ ਰਹਾ ਉਹ ਪਾਣੀ ਦਾ ਪਾਉਣ ਲੱਗ ਗਏ ਬਸ ਉਦੋਂ ਫਿਰ ਮਾੜਾ ਜੀ ਠੱਲ ਪਈ ਆ ਪਾਣੀ ਨਾਲ ਉਦੋਂ ਪਹਿਲਾਂ ਤਾਂ ਬਸ ਤਰਸਦੇ ਫਿਰਦੇ ਰਹੇ ਜੀ ਉੱਥੇ ਮਤਲਬ ਕਿ ਤੁਸੀਂ ਦੇਖਿਆ ਹੋਣਾ ਜਦੋਂ ਇੰਨੀ ਗੋਲੀਬਾਰੀ ਚੱਲੀ ਆ ਕਿੰਨੇ ਕੁ ਜਿਹੜੇ ਹੈਗੇ ਸੀਗੇ ਲਾਸ਼ਾਂ ਕਿੰਨੇ ਪਈਆਂ ਸੀਗੀਆਂ ਉੱਥੇ ਲਾਸ਼ਾਂ ਦਾ ਜੀ ਕਹਿਣ ਸੁਣਨ ਤੋਂ ਬਾਹਰ ਆ ਗਿਆ ਅੱਛਾ ਐਂ ਲੋਕਾਂ ਦੇ ਪੇਟ ਪਾੜ ਗਏ ਬੋਰੀਆਂ 'ਚ ਉਰੇ ਧੁੱਸ ਗਿਆ ਨਾੜਾਂ ਉਹ ਉੱਧਰੋਂ ਪਤਾ ਨਹੀਂ ਗੋਲੀਆਂ ਰੁੜਕਾ ਕੇ ਮੈਂ ਰੱਸਾ ਜਿਵੇਂ ਬੇੜਾਂ ਪਈਆਂ ਹੁੰਦੀਆਂ ਪਏ ਤਾਂ ਨਾੜਾਂ ਪੇਟਾਂ ਦੇ ਜਿਹੜੇ ਬੰਦੇ ਨਗਰ ਦੇ ਵੱਡੇ ਪੇਟ 'ਤੇ ਐਂ ਜਿਵੇਂ ਆਪਣੇ ਬੇੜਾਂ ਪੱਟੀਆਂ ਪਈਆਂ ਹੁੰਦੀਆਂ ਉਹ ਨਰੇ ਪਏ ਤੇ ਜੀ ਅੱਛਾ ਬੰਦਾ ਕਿਤੇ ਮਰਿਆ ਪਿਆ ਨਾੜਾਂ ਕਿਤੇ ਪਈਆਂ ਨੇ ਐਂ ਰੁੜ ਹੋ ਜਿਹੜੇ ਤੁਹਾਡੇ ਨਾਲ ਦੇ ਗਏ ਸੀਗੇ 80 ਬੰਦਿਆਂ ਦਾ ਗਿਆ ਗਿਆ ਸੀ ਉਹਨਾਂ 'ਚ ਉੱਥੇ ਕਿੰਨੇ ਕੁ ਸ਼ਹੀਦ ਹੋ ਗਏ ਸੀਗੇ ਉਹਨਾਂ 7-8 ਜਣੇ ਸ਼ਹੀਦ ਹੋ ਗਏ ਜੀ ਉਹ ਤਾਂ ਆ ਕੇ ਹੋ ਗਏ ਜੀ ਫੌਜੀ ਛਾਉਣੀ 'ਚੋਂ ਕੁਛ ਉੱਥੇ ਹੋ ਗਏ ਤੇ ਗੋਲੀ ਨਾਲ ਹਾਂ ਚਲੋ ਪਾਣੀ ਦਾ ਤਾਂ ਹੋ ਗਿਆ ਫਿਰ ਜਿਹੜੀ 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 ਪੇਟ ਦੀ ਜਿਹੜੀ ਭੁੱਖ ਆ ਉਹ ਕਿਵੇਂ ਬੁਝਾਈ ਤੁਸੀਂ 2-3 ਦਿਨ ਦੇ ਵਿੱਚ ਕਿਉਂਕਿ ਉੱਥੇ ਤਾਂ ਸਾਰਾ ਕੁਛ ਬੰਦ ਕੀਤਾ ਭੁੱਖ ਤਾਂ ਜੀ ਧਰਾਂ ਪਈਆਂ ਤੀਆਂ ਜਮਾਂ ਖਾਲੀ ਪੇਟ ਵਿੱਚ ਬੰਦੇ ਸਿਆਣੇ ਵਿੱਚ ਮਰਦੇ ਸਾਡੇ ਰੋਜ਼ ਦੀ ਰੋਜ਼ ਮਾਰਚ ਚੱਲਦੀ ਅੱਛਾ ਉਹ ਸਾਡੀ ਗਰਮਾਇਸ਼ ਗਰਮੂਸ ਕੱਢ ਦਿੰਦੇ ਤੇ ਭੁੱਖਾਂ ਦਾ ਆਉਂਦੇ ਜਾਣੀ ਸਾਡੀ ਮਾਰਚ ਨਹੀਂ ਬਚੇ ਸੀ ਤਾਂ ਫਿਰ ਤਾਂ ਵਿੱਚ ਬੰਦੇ ਮਾਰਚ ਵਾਲੇ ਬਹੁਤ ਹੈਗੇ ਅੱਛਾ ਹਾਂ ਉਹਨਾਂ ਨੇ ਖੁੱਚਾਂ ਖਿੱਚ ਦੇਣੀਆਂ ਉਹ ਕੱਢ ਦੇਣਾ ਗਰਮਾਇਸ਼ ਜੀ ਕੱਢ ਦੇਣੀ ਅੰਦਰ ਤਾਂ ਪੇਟ ਤਾਂ ਖਾਲੀ ਤੇ ਅਤੇ ਫਿਰ ਬਾਅਦ 'ਚ ਲਾਸਟ 'ਚ ਕੀ ਹੋਇਆ ਜਦੋਂ ਸਾਰਾ ਕੁਛ ਬੰਦ ਹੋ ਗਈ ਗੋਲੀਬਾਰੀ ਬੰਦ ਹੋ ਗਈ ਤੁਹਾਨੂੰ ਬਾਹਰ ਕਿਵੇਂ ਕੱਢਿਆ ਉਹਨਾਂ ਨੇ ਬਾਹਰ ਜੀ ਉਹਨਾਂ ਨੇ ਸਾਨੂੰ ਜਿੱਦਾਂ ਮੈਂ ਤਾਹਾਂ ਤੁਸੀਂ ਆਇਆ ਥੱਲੇ ਪੀਪਾ ਪਾਣੀ ਦਾ ਭਰਨਾ ਉਹ ਪੰਪ ਜਾ ਸੀ ਉਹਦੇ ਆਲੇ ਦੁਆਲੇ ਇਕੱਠ ਜਿਹਾ ਹੋਇਆ ਪੈਂਦੀ ਉਹਦੇ ਵਿੱਚ ਫੁੱਟੜ ਫੁੱਟੜ ਜਿਹੇ ਬੰਦੇ ਹੋਰ ਬਹੁਤ ਜ਼ਿਆਦਾ ਜਿਵੇਂ ਖਾਸਾ ਵੱਡੇ 200-200 ਬੰਦਾ ਖੜਾ ਸੀ ਉਹ ਜਿਹੜਾ ਮੁੰਡਾ ਮੇਰੇ ਨਾਲ ਸੀ ਉਹ ਮੇਰੇ ਤੋਂ ਥੋੜ੍ਹਾ ਤਕੜਾ ਸੀ ਮੈਂ ਮਾੜੂ ਸੀ ਮੈਂ ਤਾਂ ਉਈ ਮੱਥੇ ਦੇ ਹੱਥ ਜਾ ਧਰ ਕੇ ਐਨੀ ਮੀਜੀ ਪਾ ਕੇ ਬਹਿ ਗਿਆ ਉਹ ਮੁੰਡਾ ਕਦੇ ਚੂਲੀ ਪਾਣੀ ਨਹੀਂ ਪੀਆ ਇੱਕ ਫੌਜੀ ਆਇਆ ਉਹਨੇ ਮਾ ਕੇ ਮੇਰੇ ਢੂਹੇ ਦੇ ਵਿੱਚ ਮਾਰਿਆ ਠੇਡਾ ਐਂ ਬੈਠਾ ਮੈਂ ਮੈਨੂੰ ਤੇਜ਼ ਲੱਗਿਆ ਮੇਰੀ ਜਾਨ ਜਾਂਦੀ ਆ ਉਹਨੇ ਆਪਣਾ ਇੱਕ ਐਡਾ ਠੂਲਾ ਜਿਹਾ ਹੁੰਦਾ ਲੋਹੇ ਜਿਹਾ ਉਹਦੇ ਬੀਜੀ ਐਂ 2-3 ਘਰਾਲਾਂ ਜਿਹਾ ਗਾੜੇ ਗਾੜੇ ਮਿਲੇ ਜੰਮੀਆਂ ਪੀਆ ਦਿਆ ਸੁੱਕਾ ਪਿਆ ਦੀ ਮੈਲਾ ਉਹਨੇ ਜਾ ਕੇ ਉਹ ਤੋਂ ਡਰਦੇ ਤੇ ਲੋਕ ਉਹਨੇ ਜਾ ਕੇ ਪੰਪ ਦੇ ਉੱਤੇ ਐਂ ਜਿਹਾ ਕਰਕੇ ਜੇ ਮਖਾਲ ਜਿਹਾ ਮੱਖਿਆ ਮੂੰਹ ਕਰਤਾ ਮੂਹਰੇ ਉਹਨੇ ਮੈਨੂੰ ਭਰ ਕੇ ਲਿਆ ਕੇ ਦਿੱਤਾ ਜਦੋਂ ਮੈਂ ਪੀ ਲਿਆ ਮੈਨੂੰ ਕਹਿੰਦਾ ਜੇ ਮੈਂ ਆਹ ਦਰੀਆਂ ਪਈਆਂ ਨੇ ਜੀ ਐਂ ਕਮਰਿਆਂ ਦੇ ਵਿੱਚ ਦਰੀਆਂ ਪਈਆਂ ਤੀਆਂ ਕਹਿੰਦਾ ਵੀ ਇਹ ਬਾਹਰੇ ਕੱਢ ਕੇ ਸਿੱਟਾਂ ਮੈਂ ਉਹ ਲੜ ਜਾ ਫੜਿਆ ਕਰਾਂ ਜੀ ਮੇਲੇ ਮੂਲੇ ਨਾਲ ਭਿੱਜੀਆਂ ਭੇਜਦੇ ਹਾਂ ਐਂ ਬਾਹਰੇ ਛੱਡਦਾ ਕਰਾਂ ਅਸੀਂ 2-3 ਜਣੇ ਦੇ ਚੱਲ ਜਦੋਂ ਫੌਜੀ ਵਾਲੇ ਪਰੇ ਜੇ ਵਾਗੇ ਸਾਡਾ ਜੀ ਕੱਚਾ ਹੁਣ ਦੇ ਮੇਲੇ ਮੂਲੇ ਨਾਲ ਲਿਬੜੇ ਦੇ ਕੇ ਅਸੀਂ ਪਰੇ ਸਾਡੇ ਪਿੰਡ ਦੇ ਬੁੜੀਆਂ 'ਤੇ ਆ ਉਹਨਾਂ ਦੇ ਵਿੱਚ ਜੇ ਜਾ ਬੈਠੇ ਉੱਥੇ ਰੂੜੀ ਲਾਈ ਜਾਂਦੇ ਅਤੇ ਉਹ ਚੱਲ ਉੱਥੋਂ ਸਾਨੂੰ ਇੱਕ ਜੀ ਪਿੰਨੀ ਜੀ ਸੀ ਹੈਗੀ ਗੱਡੀ ਗੁੜ ਦੀ ਭੁੱਖੇ ਮਰਦੇ ਤੇ ਅਸੀਂ ਉਹਨੂੰ ਭੰਨਣ ਲੱਗ ਗਏ ਜਦੋਂ ਖੜਕਾ ਜਿਹਾ ਹੋਇਆ 20-25 ਫੌਜੀ ਸਾਡੇ ਆਲੇ ਦੁਆਲੇ ਆ ਗਏ ਭੱਜ ਕੇ ਕੀ ਕਰਦੇ ਹੋ ਖੜਕਾ ਕਰਦੇ ਹੋ ਮੈਂ ਜੀ ਅਸੀਂ ਤਾਂ ਖੜਿਆ ਕਹਿੰਦਾ ਦੰਦੀ ਵੱਢੀ ਜਾਓ ਦੂਜੇ ਦੂਜਾ ਦੇ ਜਾਓ ਵੀ ਖੜਕਾ ਨਾ ਕਰੋ ਯਾਰ ਫਿਰ ਸਾਨੂੰ ਉਹ ਲੈ ਕੇ ਕਹਿੰਦੇ ਵੀ ਸਾਡੇ ਨਾਲ ਲਾਸਾਂ ਸਟਾਓ ਅੱਛਾ ਹਾਂ ਜੀ ਉਹ ਐਂ ਆਪਣੇ 2 ਡੰਡਿਆਂ ਦੇ ਨਾਲ ਤਰਪਾਲ ਜੀ ਬੰਨੀ ਹੁੰਦੀ ਉਹਦੇ ਉੱਧਰ ਸਾਨੂੰ ਆਉਂਦਾ ਫੜਨ ਨੂੰ ਮੁੱਠਾ ਜੀ ਉੱਧਰ ਕੁਛ ਐਂ ਬੰਦੇ ਦੇ ਲੱਤਾਂ ਫੜ ਕੇ ਉਹਦੇ ਵਿੱਚ ਧਰ ਲੈਣੀਆਂ ਅਸੀਂ 4-4 ਗੇੜੇ ਲਵਾਏ ਜੀ ਉਹਨਾਂ ਨਾਲ ਅੱਛਾ ਜਦੋਂ ਉਹਨਾਂ ਦੀ ਮਾੜੀ ਅੱਖ ਬਦਲੀ ਅਸੀਂ ਮਾਨਸਿਕ ਤੌਰ ਤੇ ਵੀ ਟੌਰਚਰ ਕਰਦੇ ਹੋਣੇ ਸੰਤਾਂ ਬਾਰੇ ਕੁਛ ਕਹਿੰਦੇ ਹੋਣੇ ਆ ਨਹੀਂ ਸਾਨੂੰ ਤਾਂ ਉਹ ਤਾਂ ਨਹੀਂ ਉਹਦਾ ਬਸ ਤੋਂ ਲਾਸ਼ਾਂ ਛੁੱਟੇਆਂ ਉਦੋਂ ਬਾਅਦ ਉਹਨਾਂ ਨੇ ਉੱਥੇ ਫਿਰ ਬਾਹਰ ਇਕੱਠੇ ਕਰਕੇ ਬੱਚਾ ਚੜੇ ਐਂ ਫੌਜੀਆਂ ਦੀ ਲਾਈਨ ਖੜੀ ਦੀ ਐਂ ਲਵਾਉਂਦੀ ਅਸੀਂ ਤੋਰ ਕੇ ਹੱਥ ਖੜੇ ਕਰਕੇ ਐਂ ਜਾਂਦੇ ਤੇ ਹੁਣ ਭੁੱਖੇ ਚਾਹੀਦੇ ਜੀ ਵਿੱਚ ਜਾਣ ਤਾਂ ਹੈ ਨਹੀਂ ਤੀ ਉਹ ਕਈ ਜਿਹੜੀ ਮੈਂ ਤੋਂ ਐਂ ਹੱਥ ਜੀ ਐਂ ਕਿਤੇ ਐਂ ਤਾਂ ਰਹੇ ਨਾ ਹੁਣ ਕਿੱਡੀ ਕਿਤੋਂ ਜਾਣ ਤਾਂ ਪੁੱਛੇ ਐਂ ਜੇ ਹੋ ਗਏ ਹੁਣ ਨਾ ਤਾਂ ਉਹਨਾਂ ਦੀ ਬੋਲੀ ਦੀ ਸਮਝ ਆਉਂਦੀ ਉਹਨੇ ਮੇਰੇ ਰਾਫਲ ਦਾ ਹੁੱਡੂ ਜਿਹਾ ਮਾਰਿਆ ਮੇਰੀ ਢੂਹੀ 'ਚ
मैं झाक जे पिया उधर जित जाऊंगा भी पौड़ झाकदा बंदा जिन्हें एक मैं नहीं बच जा दो किलो नहीं बही मेरे जिदे बराबर जावा मेरे तो उफी मारे जिदे बराबर जावा ना अभी बोली च कहता उन्होंने भी बंदा खराब आ बचते मैं जाके सोचा भी होर बंदे तो किसी ने मारिया नहीं मैं पूछी जाना मैं सारा दुख लगे खासे मारे उन्होंने हुडू उतर तका जिदे बराबर जावा उ मारे मैं सोचा भी तेरे क्यों मारे फिर मैं ऐसा भी तेरे हाथ ढिल्लों कहना जी भी तू तो नहीं झाक पाया चल जो बच्चर भर मारता बंदा झाकता पैन जी फिर उस करके मैं मेरे खासे मैं कुटा गई अच्छा ये दस्यो भी उत्थे जो बच्चे है बच्चों बच्चे भी तो होने उ बच्चे जी बहुत बहुत ज्यादा संताप ने जद है इन चीक चढ़ा भी जिम्मे कहे तो घरे हूँ अपने कोई मरगत हो जाए नौजवान मौत हो जाए जिम्मे उ रोण तो मोड़ चलता उ हजार बंदा ऐ रोंद हजार इन्ना ज्यादा रोंद अच्छा बच्चों की मतलब बच्चे ना तो लाइट थी ना पानी थी कुछ भी नहीं देगा हूँ इतने अपन डा के कोई दस दिन पुछी ना फिर चलो की हाल हो बच्चे नहीं मारते फिर मारते थे जी चांडा परेड साहब करते थे अच्छा तो बाद फिर थोनू तुसी बचे कि नहीं बस बचे तो जी साढ़े बच अनजा रला जी बस बचे तो कहते बचे तो आए तो मरे बरा ही अच्छा हाँ कुछ नहीं थी साढ़े बच्चे जो इतने आए अं जेल चाड़ा बाजन तो लिया हूँ भी साल का मुंडा तोलो कि बाजन हूँ साढ़े च अठाई अठाई किलो वजन फिर असी अंबरसर जेल च भेजते जी अच्छा जेल चाहिए बहुत सेवा करी कैदियों ने अच्छा वो जानी साढ़े तक गली पै गए कहते भी तुम इन रोटियां खाने हो रोटियां जो इन दिन खादिया ही भुख लगी जेल जाके अं रोटियां खा जाते दस दस खा जा कर पंद्रह पंद्रह डेढ़ बड़े बड़े रोटियां वो कहते छोटा जिला इन्ना भुखा भी इन रोटियां खाने मैं जी अभी तो तीन को रोटियां खा लिया भी अभी तो हूँ उ मरदा भुख ही उसने भी हूँ अभी जो सा पाला पुटा पै दो दो बाटियां तीन तीन दाल दिन खाया करिए रोटियां खाया करिए फिर हौली हौली सा डिक्की जी बैठी फिर लौट आए अच्छा ये दसो थो पता लग गया भी जो थोड़े नाल जथे के जो कुछ मैंबर आए ने बच्चे कुड़ियां भी है उस टाइम दया भी जो थोड़ा पता लग गया भी उत्थे शहीद हो गया हाँ जी ये कुड़ियां तो साढ़े को ही थी ये तो अभी देख ही नहीं है तो उरते तो सी फिर सू जे उ बंद उ सौनी जाके शहीद होने उन्होंने भी सू जो बाथरूम कट्ठे होंगे थे उत्थे पता लग जाते थे भी फलाना बंदा हूँ जो भी उत्थे ना कोई पखा ना कोई होर उन्होंने साला मारी जाता हम तो औखे होके अच्छा भी तो मरी चंगे बहुत बंदे उत्थे साला मार के जानी साढ़े तो दो बंद उ आके साढ़े पिंड मरे ने अच्छा उत्थे साला मार के साल मारी जी फिर उन्हें अके होने मरनू तो मेरे जो औखे ही थी बंद बंदे औखे वाले ने अच्छा मतलब के तुसी मौत नेड़े देखी आ जमे नेड़े जी अभी तीजी तीजी माजल च इन बारियां देो ऐ टेढ़े हो लोग डिगे ने थले सड़क ते अच्छा हाँ मण के चढ़ाए लोगों ने अच्छा अच्छा फिर उन्होंने साढ़े साफे ला ले फिर आले दाले तार फेरती कंडे वाली भी उडलना रात में उडलना उडलना तो की नहीं तो औखा जो साल ही मार दी अगला कहना तो मरी पे फिर जो हम सारा कुछ उख्या है जो ये जून जी शुरू होंगी एक जून शुरू होंगे जून महीना शुरू होंगे तो फिर सारा कुछ अखा के मूहे आ जाता होना बाला जी बहुत ज्यादा की मन के बच्चे की आता है बह मन चा की है जी हौसले ही बुलंद हो गए बस मिट्टी शरीर बन गया जो सारे जो बचे है जो उतो आए ने जथे चो कदे कट्ठे भी होंगे होने आपस में गलबात करते हैं हाँ जी करते हैं जी बस फिर वो रात में याद आता सफला उन्ना डर लगता बहुत अच्छा की ख्याल आता मन बन के बच्चे उ जो मैं जी भजे फिर उ भी उत हाले बाद देखा होना भी अकाल तख्त साहब तो तुम दस रहे थे भी जो दरबार साहब वो तो निशान लगे थे गोलियां उन्होंने जरा मतलब कि अकाल तख्त साहब हैगा जी वह कि उस टाइम की है वो जी उदो जानी लगी हुई 100-200 गोली जिते लगी हुई थी लिखा हुआ थी मैं जी कह उदू बाद फिर इन्होंने अग भी ला दी थी अच्छा कार छो गई थी जमा सारे अच्छा वो तुम देखी अग लगी कार काले हुए देखे जी अच्छा हाँ तो यह दस्यो भी इन्ना संताप हंडाया उत्थे इत्थे कौम वास्ते उत्थे गए कदे थोड़ी किसी ने SGPC ने कोई मदद की या थोड़े कदा पहुंच की ना जी हां साडे कोल तो कुछ आई नहीं हां पहले गेट तुसी आओ अच्छा 34-35 साल हो गए जी साडे कोल नहीं कोई भी आया पूरा भी मदद नहीं की किसी ने ना जी असि कांगड़े नु मैं कहया थी मैं तू कामरेटा ना फ्री ना फलाना मैं असि ता जी
ਇੰਨਾ ਨਹੀਂ ਵਧੀਆ ਤੁਸੀਂ ਕੀ ਕਿਹਾ ਸੀ ਇਹਨੂੰ ਗੋਬਿੰਦ ਸਿੰਘ ਕਾਂਜਲਾ ਨੂੰ ਗੋਬਿੰਦ ਕਾਂਜਲਾ ਨੂੰ ਆਖਾਂ ਮਹਾਂ ਜੀ ਅਸੀਂ ਸ਼੍ਰੋਮਣੀ ਅਕਾਲੀ ਦਲ ਮੋਰਚੇ 'ਚ ਜਿਹੜਾ ਕੁਛ ਅਸੀਂ ਸਹਿ ਕੇ ਜਿਹੜਾ ਮਰ ਗਿਆ ਉਹ ਤਾਂ ਮੁੱਕ ਗਿਆ ਉਹਨੂੰ ਤਾਂ ਕੋਈ ਪਤਾ ਨਹੀਂ ਤਕਰੀਬ ਦਾ ਜਿਹੜਾ ਜਾਂਦਾ ਰਹਿ ਗਿਆ ਉੱਥੇ ਉਹਨੂੰ ਪਤਾ ਵੀ ਕੀ ਬਣਿਆ ਵੀ ਸਾਡੀ ਕੋਈ ਨੇ ਮਦਦ ਨਹੀਂ ਕਰੀ ਮੈਂ ਕਰੂੰਗਾ ਜੀ ਗੱਲ ਮੈਂ ਕਰੂੰਗਾ ਕਰੂੰਗਾ ਕਹਿੰਦਾ ਜੀ ਮੈਂ ਕਰੂੰਗਾ ਗੱਲ ਕਹਾਂ ਬਾਦਲ ਕੋਲ ਕਰੂੰਗਾ ਜੀ ਮੈਂ ਫਲਾਣਾ ਕਰੂੰਗਾ ਐਂ ਕਹਿ ਗਿਆ ਨਹੀਂ ਨਾਲੇ ਤੁਹਾਨੂੰ ਤੁਸੀਂ ਦੱਸਦੇ ਸਾਨੂੰ ਕਾਮਰੇਡਾਂ ਵਾਲੀ ਗੱਲ ਕਹੀ ਔਰ ਕੀ ਕੰਮ ਕਾਮਰੇਡਾਂ ਤਾਂ ਐਂ ਕਹਿੰਦੇ ਆ ਤੁਸੀਂ ਹਰੀ ਹੋਈ ਪਾਰਟੀ ਨਾਲ ਕਿਉਂ ਫਿਰਦੇ ਹੋ ਜਦੋਂ ਜਿੱਤਣ ਨਾ ਕਰਨ ਨਾ ਕਹਿੰਦਾ ਕਿਹੜੀ ਪਾਰਟੀ ਨਾਲ ਕਾਮਰੇਡ ਜੀ ਅੱਛਾ ਹਾਂ ਅਸੀਂ ਉਹ ਕਹਿੰਦੇ ਚਾਹੇ ਹਰੀ ਹੈ ਚਾਹੇ ਜਿੱਤੀ ਹੈ ਜੇ ਇਹਨੂੰ ਕੰਮ ਹੁੰਦਾ 200 ਬੰਦਾ ਜਿੱਥੇ ਜਾ ਕੇ ਖੜ ਜਾਂਦਾ ਸਾਡਾ ਕੰਮ ਹੋ ਜਾਂਦਾ ਉੱਥੇ ਅੱਛਾ ਸਾਨੂੰ ਅਸੀਂ ਜਿੱਤਣ ਤੋਂ ਕੀ ਲੈਣਾ ਸਾਡਾ ਕੰਮ ਹੁੰਦਾ ਮਨ ਦੇ ਵਿੱਚ ਰੋਸਾ ਤਾਂ ਹੈਗਾ ਨਾ ਵੀ ਅਸੀਂ ਕੌਮ ਵਾਸਤੇ ਇੰਨਾ ਕੀਤਾ ਤੇ ਸ਼੍ਰੋਮਣੀ ਪਾਰਟੀ ਸਾਡੀ ਮਦਦ ਨਹੀਂ ਕੀਤੀ ਹਾਂ ਜੀ ਗੁੱਸਾ ਪੂਰਾ ਜੀ ਗੁੱਸਾ ਲੈ ਮੈਂ ਪੂਰਾ ਉਹਨੂੰ ਜਿਹੜੇ ਬੰਦੇ ਮੈਨੂੰ ਨਾਲ ਲੈ ਕੇ ਗਏ ਤੇ ਜਦੋਂ ਮੈਂ ਉਹਨੂੰ ਬੋਲਿਆ ਕਾਂਗੜੇ ਨੂੰ ਉਹਨਾਂ ਨੇ ਕਹਿਦਾ ਪਹਿਲਾਂ ਉਹਨਾਂ ਨੇ ਕਹਿਦਾ ਸੀ ਕਹਿੰਦੇ ਸਵਾਲ ਤੇਰੇ ਮੂੰਹ ਜਾਂਦਾ ਤੇ ਮੂਹਰੇ ਤੂੰ ਕਰੂ ਮੈਂ ਉਹਨਾਂ ਹੀ ਬੋਲੂ ਘੱਟ ਨਹੀਂ ਬੋਲਣਾ ਮੈਂ ਅੱਛਾ ਆਪਣਾ ਉਹਨਾਂ ਨੇ ਉਹਦੀ ਕਹਿਤਾ ਮਿਲਟਰੀ ਕੈਂਪ 'ਚ ਕਿੰਨੇ ਦਿਨ ਰਹੇ ਫਿਰ ਤੁਸੀਂ ਮਿਲਟਰੀ ਕੈਂਪ 'ਚ ਅਸੀਂ ਰਹੇ ਜੀ 10-15 ਦਿਨ ਰਹੇ ਨਹੀਂ ਮਿਲਟਰੀ ਵਾਲੇ ਤਾਂ ਸੰਤਰੀ ਐਂ ਮੂਹਰੇ ਬਹਿੰਦੇ ਪਰ ਅਸੀਂ ਔਖੇ ਦੇ ਅੰਦਰ ਨਾ ਕੋਈ ਪੱਖਾ ਜੀ ਨਾ ਹੋ ਜੀ ਰੁੱਤ ਬਹੁਤੀ ਭੇਟੀ ਸੀ ਅੱਛਾ ਹਾਂ ਉਹਦੇ ਵਿੱਚ ਸਾਨੂੰ ਹੋਰ ਬੁੱਢੇ ਦਲ ਵਾਲੇ ਫੜ ਕੇ ਲਿਆ ਕੇ ਜਿਵੇਂ ਡਰਦੇ ਅਸੀਂ ਤਾਂ ਹੁਣ ਤਕਲੀਫ ਤੋਂ ਆਏ ਤੇ ਵਿੱਚ ਕੂਈ ਡੇਰਿਆਂ ਡੂਰਿਆਂ ਤੋਂ ਬੁਲਾਉਣ ਫੜ ਕੇ ਉੱਥੇ ਖਬਰ ਕਿੰਨਾ ਮੁਰਖ ਪਟਾਇਆ ਪੈ ਸੀ ਉਹਨਾਂ ਦੇ ਵਿਚਾਰਾਂ ਦੇ ਨਸ਼ੇ ਪੁੱਤ ਨਹੀਂ ਕਹੇ ਗਏ ਉਹ ਸਾਨੂੰ ਔਖਾ ਕਰ ਦਿੱਤੇ ਰਾਤ ਨੂੰ ਸਾਡੇ ਉੱਤੇ ਪੈਰ ਧਰ ਕੇ ਕਿਤੇ ਕੁਛ ਕਰਕੇ ਕੁਛ ਫਿਰ ਅਸੀਂ ਸੰਤਰੀ ਨੂੰ ਆਖਿਆ ਵੀ ਅਸੀਂ ਤਾਂ ਜੀ ਦੁੱਖ ਤਕਲੀਫਾਂ 'ਚੋਂ ਆਇਆ ਵੀ ਇਹ ਤਾਂ ਨਸ਼ਾ ਨੂੰ ਸਖਾਉਂਦੇ ਨੇ ਵੀ ਇਹਦਾ ਸਾਡੇ ਉੱਤੇ ਪੈਰ ਧਰ ਦੇਣ ਕੋਈ ਮੂੰਹ 'ਤੇ ਧਰ ਗਿਆ ਕੋਈ ਢਿੱਡ 'ਤੇ ਧਰ ਗਿਆ ਫਿਰ ਅਸੀਂ ਕਹਿ ਗਏ ਅਸੀਂ 2 ਜਣੇ ਦੇ ਛੱਡ ਪਿੰਡ ਦੇ ਫਿਰ ਅਸੀਂ ਉੱਥੋਂ ਬਦਲੀ ਕਰਾਤੀ ਉਹਨਾਂ ਨੇ ਸਾਡੀ ਮਤਲਬ ਸ਼੍ਰੋਮਣੀ ਕਮੇਟੀ ਦੇ ਕੋਈ ਮਦਦ ਨਹੀਂ ਨਾ ਜੀ ਕੋਈ ਮਦਦ ਨਹੀਂ ਸੋ ਇਹ ਸਨ ਸਰਦਾਰ ਮਲਕੀਤ ਸਿੰਘ ਹੋਰੀ ਜਿਨ੍ਹਾਂ ਦੇ ਆਪਣੀ ਜਿਹੜੀ ਹੈਗੀ ਆ ਦਾਸਤਾਨ ਦੱਸੀ ਆ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਵੀ ਸਾਤੋਂ ਜਿਹੜਾ ਲਾਸ਼ਾਂ ਉੱਥੇ ਬਹੁਤ ਜ਼ਿਆਦਾ ਪਈਆਂ ਸੀਗੀਆਂ ਸਾਤੋਂ ਲਾਸ਼ਾਂ ਵੀ ਢੁਆਈਆਂ ਗਈਆਂ ਮਿਲਟਰੀ ਵੱਲੋਂ ਹੋਰ ਸਭ ਬਹੁਤ ਸਾਰੇ ਜਿਹੜੇ ਹੈਗੇ ਨੇ ਤਸੀਹੇ ਦਿੱਤੇ ਗਏ ਨੇ ਬੱਚੇ ਅਸੀਂ ਰੋਂਦੇ ਦੇਖੇ ਨੇ ਪਰ ਕਿਸੇ ਨੇ ਕੋਈ ਸਾਰ ਨਹੀਂ ਲਈ ਇਹ ਉਹਨਾਂ ਦਾ ਇਹ ਵੀ ਕਹਿਣਾ ਹੈ ਵੀ ਸਾਨੂੰ ਸ਼੍ਰੋਮਣੀ ਕਮੇਟੀ ਪ੍ਰਤੀ ਬਹੁਤ ਜ਼ਿਆਦਾ ਸ਼ਿਕਵਾ ਹੈਗਾ ਸਾਡੀ ਉਹਨਾਂ ਨੇ ਕੋਈ ਮਦਦ ਨਹੀਂ ਕੀਤੀ ਨਾ ਸਾਡੇ ਤੱਕ ਕੋਈ ਪਹੁੰਚ ਕੀਤੀ ਆ ਕੈਮਰਾਮੈਨ ਸੂਰਜ ਦੇ ਨਾਲ ਰਣਜੋਤ ਸਿੰਘ ਵਿਜ਼ਨ ਪੰਜਾਬ ਟੀਵੀ ਕਿਲ੍ਹਾ ਹਕੀਮਾ